ਸੋ ਆਪਾਂ ਹੋਲਸੇਲ ਮੰਡੀ ਗਏ ਸੀਗੇ ਉੱਥੇ ਆਪਾਂ ਆੜਤੀਆਂ ਦੇ ਅਤੇ ਕਿਸਾਨਾਂ ਦੇ ਵਿਊ ਲਏ ਉਹਨਾਂ ਦਾ ਕੀ ਕਹਿਣਾ ਹੈਗਾ ਇਹ ਕਾਨੂੰਨਾਂ ਬਾਰੇ ਅਤੇ ਕਰੋਨਾ ਦੇ ਕਰਕੇ ਮਹਾਮਾਰੀ ਕਰਕੇ ਕਿੰਨਾ ਕੁ ਕੰਮ ਨੂੰ ਘਾਟਾ ਪਿਆ ਤੁਸੀਂ ਦੇਖ ਲਿਆ ਕੰਮ ਕਾਰ ਬਹੁਤ ਘੱਟ ਗਏ ਆ ਕਹਿ ਰਹੇ ਨੇ ਕਿ ਸੋਚ 50% 60% ਨੁਕਸਾਨ ਹੋ ਚੁੱਕਿਆ ਇਹ ਸੀਗੇ ਵਿਚਾਰ ਆੜਤੀ ਐਸੋਸੀਏਸ਼ਨ ਦੇ ਲੋਕਾਂ ਦੇ ਅਤੇ ਜੋ ਉੱਥੇ ਹੋਲਸੇਲ ਦਾ ਕੰਮ ਕਰਦੇ ਹਨ ਅਤੇ ਜੋ ਕਿਸਾਨ ਆ ਕੇ ਉੱਥੇ ਸਬਜ਼ੀ ਵੇਚਦੇ ਹਨ ਤੇ ਹੁਣ ਆਪਾਂ ਚੱਲਦੇ ਹਾਂ ਰਿਟੇਲ ਕੋਰਨਰ ਵੱਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤੇ ਇਹਨਾਂ ਤੋਂ ਵੀ ਥੋੜੇ ਵਿਚਾਰ ਲੈਂਦੇ ਨੇ ਕੀ ਕਹਿੰਦੇ ਹਨ ਕਿ ਇਸ ਬਿਮਾਰੀ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਜਾਂ ਕਿੱਦਾਂ ਦਾ ਕੰਮ ਕਰ ਆ ਇਹਨਾਂ ਦੇ ਵਿਚਾਰ ਵੀ ਸੁਣਦੇ ਹਾਂ ਜਿਨ੍ਹਾਂ ਨੇ ਹਲੇ ਤਾਈਂ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਕਿਉਂਕਿ ਸਬਸਕ੍ਰਾਈਬ ਸਿਰਫ ਇੱਕ ਵਾਰ ਹੁੰਦਾ ਜਿਨ੍ਹਾਂ ਨੇ ਕਰ ਲਿਆ ਕੁਝ ਨਾ ਕਰਨ ਲਾਈਕ ਐਂਡ ਸ਼ੇਅਰ ਤੁਸੀਂ ਬਾਰ ਬਾਰ ਕਰ ਸਕਦੇ ਹੋ ਵੀਡੀਓ ਨੂੰ ਪੂਰਾ ਵੇਖਿਆ ਕਰੋ ਸਾਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਆ ਤੁਸੀਂ ਦੇਖ ਰਹੇ ਹੋ ਰਿਟੇਲ ਫਰੂਟ ਮੰਡੀ ਜੋ ਕਿ ਮੌਜੂਦ ਆ ਜਲੰਧਰ ਸਬਜ਼ੀ ਮੰਡੀ ਮਕਸੂਦਾ ਦੇ ਅੰਦਰ ਪਹਿਲਾਂ ਇਹ ਫੜਾਂ ਵੀ ਥੱਲੇ ਹੀ ਹੁੰਦੀਆਂ ਸਨ ਲੇਕਿਨ ਹੁਣ ਸਿਸਟਮੈਟਿਕਲੀ ਕਰੇ ਜਾ ਰਹੇ ਤਾਂ ਕਿ ਗੱਡੀਆਂ ਦਾ ਟ੍ਰੈਫਿਕ ਇੱਥੇ ਨਾ ਵਧੇ ਪਰਲੇ ਪਾਸੇ ਸਬਜ਼ੀ ਵੇਚਦੇ ਆ ਇਧਰਲੇ ਪਾਸੇ ਫਰੂਟ ਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਆਪਾਂ ਰਿਟੇਲ ਫਰੂਟ ਮੰਡੀ ਵਾਲੀ ਸਾਈਡ ਤੇ ਖੜੇ ਆ ਜੋ ਕਿ ਹੋਲਸੇਲ ਸਬਜ਼ੀ ਮੰਡੀ ਦੀ ਬੈਕ ਸਾਈਡ ਤੇ ਪਿੱਛੇ ਰਿਟੇਲ ਕਾਰਨਰ ਆ ਸਬਜ਼ੀ ਦਾ ਤੇ ਆਪਾਂ ਵੀਰ ਨੇ ਅੰਬ ਦੀ ਰੇਹੜੀ ਲਾਈ ਆ ਇਹਨੂੰ ਪੁੱਛਦੇ ਆ ਵੀ ਕੰਮ ਕਰ ਕਰੋਨਾ ਕਰਕੇ ਫਰਕ ਪਿਆ ਜਾਂ ਨਹੀਂ ਪਿਆ ਸਭ ਤੋਂ ਵੀਰੇ ਨਮਸਕਾਰ ਕੰਮ ਕਰਨ ਵੀਰ ਕਿੰਨਾ ਕੁ ਫਰਕ ਪਿਆ ਕਰੋਨਾ ਕਰਕੇ ਜਦੋਂ ਕੰਮ ਦਾ ਟਾਈਮ ਹੁੰਦਾ ਉਦੋਂ ਕਹਿੰਦੇ ਬੰਦ ਕਰਾ ਦਿੰਦੇ ਆ ਮਤਲਬ ਗਾਹਕ ਘੱਟ ਗਿਆ ਕਿੰਨਾ ਕੁ ਫਰਕ ਪੈ ਗਿਆ ਗਾਹਕ ਅੱਧੋ ਅੱਧ ਦਾ ਕਹਿੰਦੇ ਫਰਕ ਪੈ ਗਿਆ ਗਾਹਕ ਦਾ ਜਦੋਂ ਦਾ ਕਰੋਨਾ ਟਾਈਮ ਆਇਆ ਕਿਉਂਕਿ ਲੋਕਡਾਊਨ ਲੱਗ ਜਾਂਦਾ ਸਮੇਂ ਤੋਂ ਪਹਿਲਾਂ ਬੰਦ ਕਰ ਦਿੰਦੇ ਆ ਮਤਲਬ ਸਾਰਿਆਂ ਦੇ ਕੰਮਾਂ ਦਾ ਇਹੀ ਹਾਲ ਮਤਲਬ ਨੁਕਸਾਨ ਹੋ ਰਿਹਾ ਤੇ ਤਕਰੀਬਨ ਪਹਿਲਾਂ ਇੱਥੇ ਰਸ਼ ਬਹੁਤ ਹੁੰਦਾ ਸੀਗਾ ਮੈਂ ਖੁਦ ਹਾਂਜੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਪਸਾਰਾ ਟਾਵਾਂ ਟਾਵਾਂ ਇੰਨਾ ਰਸ਼ ਨਹੀਂ ਆ ਪਰਚੂਨ ਮੰਡੀ ਵਾਲ ਹੈਗਾ ਕਿਉਂਕਿ ਲੋਕਾਂ ਨੇ ਸਬਜ਼ੀ ਖਾਣੀ ਦੀ ਫਰੂਟ ਮੰਡੀ ਵਾਲੇ ਲੋਕੀ ਸੋਚਦੇ ਥੋੜੀ ਮਹਿੰਗੀ ਹੀ ਹੁੰਦਾ ਫਰੂਟ ਤਾਂ ਕਰਕੇ ਤੇ ਲੇਕਿਨ ਕੰਮ ਘੱਟ ਗਿਆ ਚੱਲ ਵੀਰ ਮਿਹਰਬਾਨੀ ਹੋਈ ਥੈਂਕ ਯੂ ਮਸ਼ਰੂਮ ਮਟਰ ਵੇਚ ਲਿਆ ਤੇ ਇਹਨਾਂ ਨੂੰ ਪੁੱਛਦੇ ਆ ਕਿ ਕਰੋਨਾ ਮਹਾਮਾਰੀ ਕਰਕੇ ਕਿੰਨਾ ਕੁ ਕੰਮ ਦਾ ਨੁਕਸਾਨ ਹੋਇਆ ਤੇ ਜੋ ਭਾਰਤ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਾਨੂੰਨ ਪਾਸ ਕੀਤੇ ਉਹਨਾਂ ਬਾਰੇ ਇਹਨਾਂ ਨੇ ਕੀਤਾ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਭਾਈ ਇੱਕ ਚੀਜ਼ ਪੁੱਛਣਾ ਚਾਹੁੰਦੇ ਕਿ ਕਰੋਨਾ ਮਹਾਮਾਰੀ ਜਦੋਂ ਵੀ ਚੱਲ ਰਹੀ ਆ ਉਹਦਾ ਕੰਮ ਕਾਰ ਨੂੰ ਕਿੰਨਾ ਕੁ ਫਰਕ ਪਿਆ ਜਲਦੀ ਤੋਂ ਜਲਦੀ ਇਸ ਬਾਰੇ ਫੈਸਲਾ ਲੈਣਾ ਚਾਹੀਦਾ ਤੇ ਕਿਸਾਨਾਂ ਦੇ ਹੱਕ ਵਿੱਚ ਮੈਂ ਵੀ ਇਹੀ ਚਾਹੁੰਦਾ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਸੀ ਤੇ ਹੈ ਤੇ ਰਹੇਗਾ ਲੋਕੀ ਇਸ ਗੱਲ ਦੇ ਕਈ ਵੇਲੇ ਕਹਿੰਦੇ ਕਿ ਉਹ ਮੁੱਲ ਵੇਚਦਾ ਲੇਕਿਨ ਤੁਸੀਂ ਮੌਲ ਦੇ ਵਿੱਚ ਕਦੀ ਸਬਜ਼ੀ ਲੈ ਕੇ ਦੇਖੋ ਜਿਹੜੀ ਸਬਜ਼ੀ ਤੇ 30 ਰੁਪਏ ਮਿਲਦੀ ਉੱਥੇ ਤੁਹਾਨੂੰ 300 ਰੁਪਏ ਕਿਲੋ ਮਿਲੇਗੀ ਸੋ ਇਹ ਚੀਜ਼ ਨੂੰ ਤੁਹਾਨੂੰ ਸਮਝਣਾ ਪਵੇਗਾ ਕਿ ਇਹ ਕਾਨੂੰਨ ਹੈ ਕੀ ਸੋ ਕਿਸਾਨਾਂ ਦੇ ਹੱਕ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਮੇਰੇ ਚੈਨਲ ਦੇ ਉੱਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸਾਨਾਂ ਨੂੰ ਸਪੋਰਟ ਕੀਤੀ ਜਾਵੇ ਸੋ ਇਹ ਸਾਰੇ ਜਿੰਨੇ ਵੀ ਹਲੇ ਤਾਂ ਮਿੱਤਰ ਟੱਕਰੇ ਹਾਂਜੀ ਭਾਈ ਛੋਟੀ ਜਿਹੀ ਉਦਾਹਰਨ ਦੇਣ ਲੱਗੇ ਭਾਜੀ
ਵੀ ਮੌਲਾਂ ਦੇ ਵਿੱਚ ਸਬਜ਼ੀ ਜੋ ਵਿਕੂਗੀ ਤੇ ਆਮ ਜੋ ਮੰਡੀ ਸਬਜ਼ੀ ਵਿਕਦੀ ਕੀ ਫਰਕ ਆ? ਹਾਂਜੀ ਭਾਜੀ, ਕਿਸਾਨਾਂ ਕੋਲੋਂ ਮੱਕੀ ਦੇ ਆਉਂਦੇ ਆ ਜੀ ਆ, ਹਾਂਜੀ ਉਹਨਾਂ ਦੀ ਲਾਸਟ ਟਾਈਮ 8 ਰੁਪਏ ਕਿਲੋ ਵਿਕੀ ਹੈ। लास्ट टाइम 8 रुपए किलो किसानों की मक्की विकी हुई है ते मोलां दे विच की विक रही है वो तुहानू दिखा दूंगा। ये मंडी दे विच ये पैकेट दा 1 किलो दा प्राइस हैगा 150 रुपए। 150 रुपए किलो तुसी प्राइस देख सकदे हो। ठीक है जी। हाँ जी। ते इस तो अलावा फिर तुसी जे यही चीज बाहरों लेने हो किते तुहानू 130 रुपए दी मिलनी है। अच्छा जी। इत्थे 70 रुपए दा पैकेट मिलता है ते जदों आपां किसे मॉल च जाने 120 रुपए दा पैकेट मिलता है। ਤੁਸੀਂ ਆਪ ਹਿਸਾਬ ਲਾ ਲਓ ਕਿ ਉਹ 60 ਰੁਪਏ ਦਾ ਲੈ ਕੇ 130 ਰੁਪਏ ਦਾ ਵੇਚਦੇ ਹੋ, ਡਬਲ ਕਮਾਈ ਕਰ ਰਹੇ ਨੇ। ਤੇ ਕਿਸਾਨ ਜਿਹੜੇ ਉਹ 3 ਮਹੀਨੇ ਲਾ ਕੇ 4 ਮਹੀਨੇ ਲਾ ਕੇ ਇਹਨੂੰ ਉਗਾਉਂਦੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ 8 ਰੁਪਏ 7 ਰੁਪਏ ਮਿਲਦੇ ਨੇ। ਮੈਂ ਚਾਹੁੰਦਾ ਕਿ ਜੇ ਆਪਾਂ ਮੌਲਾਂ ਨੂੰ ਫਾਇਦਾ ਦੇ ਰਹੇ ਹਾਂ ਤੇ ਆਪਾਂ ਨੂੰ ਕਿਸਾਨਾਂ ਨੂੰ ਵੀ ਫਾਇਦਾ ਦੇਣਾ ਚਾਹੀਦਾ। ਭਾਈ ਦਾ ਕਹਿੰਦਾ ਮਤਲਬ ਕਿ ਜੇ ਅਸੀਂ ਮੌਲ ਵਗੈਰਾ ਵਾਲਿਆਂ ਨੂੰ ਫਾਇਦਾ ਦੇਣਾ ਕਿਸਾਨਾਂ ਨੂੰ ਦੇਣਾ, ਭਾਜੀ ਇੱਥੇ ਪੈਕ 70 ਰੁਪਏ ਦਾ ਵੇਚ ਰਹੇ, ਕਹਿੰਦੇ ਕਿ ਜੇ ਤੁਸੀਂ ਬਾਹਰੋਂ ਲਓਗੇ ਤਾਂ 130 ਰੁਪਏ ਮਤਲਬ 20 ਰੁਪਏ ਡਿਸਕਾਊਂਟ ਕਰਕੇ ਦੇ ਦਿੰਦੇ ਆ, ਪਰ ओरिजिनल रेट के नालों ये रेट मतलब 90 गुना ज्यादा हो जाता मेरे हिसाब के नाल, जो कि आम लोगों के नाल धक्का हो जाता। सो किसानों के हक लिए आवाज बुलंद करनी चाहिए। सब तो पहले थैंक यू भाई, बहुत बहुत मेहरबानी, सत श्री अकाल। रिटेल कोर्नर मतलब जिथे परचून सब्जी वेचती है, उत्थे भाजी जो कि रिटेल का काम करते हैं सब्जी वेचते हैं, तो उन्होंने को जानते हैं कि कोरोना के करके किन्ना कामकार घाटा पिया, किन्ना नुकसान चल रहा, जां किन्ना गाहक का रश है, तो किसानों के खिलाफ जो कानून पास किए गए उन्होंने बारे की विचार है? सब तो पहले नमस्कार भाजी। ਭਾਈ ਇਹ ਪੁੱਛਣਾ ਚਾਹੁੰਦੇ ਕਿ ਕੋਰੋਨਾ ਮਹਾਮਾਰੀ ਕਰਕੇ ਕੰਮਕਾਰ ਦਾ ਕਿੰਨਾ ਕੁ ਨੁਕਸਾਨ ਹੋਇਆ? ਕੰਮਕਾਰ ਦਾ ਬਿਲਕੁਲ ਬੇੜਾ ਦਰਦ ਹੋਇਆ ਹੋਇਆ ਜੀ। ਹਾਂਜੀ। ਕੰਮਕਾਰ ਹੈ ਨਹੀਂ, ਸਾਧ ਨਿਕਲਦਾ ਨਹੀਂ ਹੈਗਾ, ਘਰੋਂ ਮੰਦਾ ਇੰਨਾ ਹੈਗਾ, ਮਤਲਬ ਤੋ 25-30 ਵਹਿ ਕੰਮ ਰਹਿ ਗਿਆ ਸੋਚ। ਭਾਜੀ ਕਹਿੰਦੇ 25 ਚੋਂ 100 ਦੇ ਵਿੱਚੋਂ 20-25 ਪੈਸੇ ਕੰਮ ਰਹਿ ਗਿਆ, ਉਹ ਤਾਂ ਤੁਸੀਂ ਖੁਦ ਦੇਖ ਸਕਦੇ ਹੋ, ਤਾਂ ਮਤਲਬ ਟਾਵਾਂ ਟਾਵਾਂ ਗਾਹਕ ਅੱਗੇ ਰਸ਼ ਬਹੁਤ ਜ਼ਿਆਦਾ ਹੁੰਦਾ ਸੀਗਾ। ਅਤੇ ਭਾਜੀ ਇੱਕ ਚੀਜ਼ ਹੋਰ ਤੁਸੀਂ ਚਾਹੋਗੇ, ਰੋਟੀ ਨਹੀਂ ਚੱਲੂਗੀ ਉਹਨਾਂ ਦਾ ਕੰਮ ਕਾਰ ਨਹੀਂ ਚੱਲੂਗਾ ਤਾਂ ਸਾਡਾ ਕੀ ਹੋਊਗਾ? ਕਿਸਾਨਾਂ ਦੇ ਖਿਲਾਫ ਜੋ ਕਾਨੂੰਨ ਪਾਸ ਕੀਤੇ ਗਏ ਭਾਜੀ ਉਸ ਦੇ ਅਗੇਂਸਟ ਆ, ਤੇ ਮਤਲਬ ਤੁਹਾਡੇ ਕਹਿਣ ਦਾ ਧੱਕਾ ਕਰ ਰਹੀ ਹੈ ਸਰਕਾਰ? ਸਰਕਾਰ ਬਿਲਕੁਲ ਧੱਕਾ ਕਰ ਰਹੀ ਹੈ, ਸਾਡੇ ਨਾਲ ਧੱਕਾ ਹੋ ਰਿਹਾ ਇੱਥੇ। ਅੱਛਾ ਜੀ। 3-3 ਹਜ਼ਾਰ ਰੁਪਇਆ ਇੱਥੇ ਲੈਂਦੇ ਪਏ ਨੇ, ਕੋਈ ਕੰਮ ਕਾਰ ਹੈ ਨਹੀਂ, ਫ੍ਰੀ ਬੈਠੇ ਸੀ, ਹੁਣ 3-3 ਹਜ਼ਾਰ ਰੁਪਇਆ ਲੱਗਦਾ ਪਿਆ। ਕਹਿੰਦੇ ਕਿ ਸਰਕਾਰ ਧੱਕਾ ਕਰ ਰਹੀ ਹਰ ਪਾਸਿਓਂ, ਕਿਸਾਨਾਂ ਦੇ ਨਾਲ ਵੀ ਸਾਡੇ ਨਾਲ ਵੀ ਧੱਕਾ ਹੀ ਆ। ਸੋ ਪਬਲਿਕ ਦਾ ਵਿਊ ਇਹੀ ਆ ਕਿ ਜੋ ਆਮ ਬੰਦਾ, ਮਿਡਲ ਬੰਦਾ, ਛੋਟਾ ਬੰਦਾ ਕੰਮ ਕਰਦਾ ਉਸਦਾ ਨੁਕਸਾਨ ਹੋ ਰਿਹਾ। ਇੱਥੇ ਇੱਕ ਗੱਲ ਆ ਵੀ ਜਿੰਨੇ ਵੀ ਹਲੇ ਤਾਂ ਵੀ ਟੱਕਰੇ ਆ, ਚਾਹੇ ਹੋਲਸੇਲਰ ਵਾਲੇ ਰਿਟੇਲਰ ਵਾਲੇ, ਕਹਿਣਾ ਇਹੀ ਆ ਕਿ ਕੰਮ ਕਾਰ ਨੂੰ ਬਹੁਤ ਧੱਕਾ ਹੋਇਆ, ਰਸ਼ ਘੱਟ ਹੈਗਾ, ਮਤਲਬ ਸਰਕਾਰ ਨੇ ਲੋਕਡਾਊਨ ਲਾਤਾ ਕਰਕੇ ਗਾਹਕ ਘੱਟ ਗਿਆ ਹੈਗਾ, ਕੰਮ ਕਾਰ ਘੱਟ ਗਿਆ, ਲੋਕੀ ਮਤਲਬ ਕਲਪਦੇ ਪਏ ਆ ਕਿਉਂਕਿ ਕੰਮ ਕਾਰ ਰਿਜ਼ਕ ਦਾ ਫਿਕਰ ਪੈ ਗਿਆ, ਰੋਟੀ ਰੋਜ਼ੀ ਰੋਟੀ ਦਾ ਫਿਕਰ ਪੈ ਗਿਆ ਲੋਕਾਂ ਨੂੰ ਕਿ ਪਰਿਵਾਰ ਕਿੱਦਾਂ ਚਲਾਉਣੇ ਆ। ਸਾਰੇ ਇਹੀ ਕਹਿ ਰਹੇ ਕਿ ਸਰਕਾਰ ਆਮ ਲੋਕਾਂ ਦੇ ਨਾਲ ਧੱਕਾ ਕਰ ਰਹੀ ਹੈ। ਪਰ ਟੇਲਰ ਵੀਰਾ ਟੱਕਰਿਆ ਜੋ ਕਿ ਸਬਜ਼ੀ ਵੇਚਦਾ ਹੈਗਾ, ਸੋ ਇਹਨੂੰ ਪੁੱਛਦੇ ਹਾਂ ਕਿ ਕੋਰੋਨਾ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਕਿੰਨਾ ਕੁ ਫਰਕ ਪਿਆ ਹੈਗਾ ਕੰਮ ਕਾਰ ਨੂੰ? ਸਭ ਤੋਂ ਵੀਰੇ ਪਹਿਲਾਂ ਨਮਸਕਾਰ ਵੀਰੇ, ਕੋਰੋਨਾ ਦੇ ਕਰਕੇ ਕੰਮ ਕਾਰ ਨੂੰ ਕਿੰਨਾ ਕੁ ਫਰਕ ਪਿਆ ਹੈਗਾ? ਬਹੁਤ ਜ਼ਿਆਦਾ ਫਰਕ ਪਿਆ ਜੀ, ਪਹਿਲੇ ਨਾਲੋਂ ਮਤਲਬ 80% ਫਰਕ ਪੈ ਗਿਆ ਸਬਜ਼ੀ ਨਾਲੋਂ। ਠੀਕ ਆ। ਹਾਂਜੀ, ਨਾਲੇ ਪਹਿਲੇ ਹੁੰਦਾ ਸੀ ਮਤਲਬ 1000-1500 ਸੇਲ ਹੋ ਜਾਂਦੀ। ਅੱਛਾ। ਹੁਣ 500 ਸੇਲ ਵੀ ਕਰਨਾ ਮੁਸ਼ਕਿਲ ਹੋ ਗਿਆ ਕੰਮ ਜੀ। ਕਹਿੰਦਾ ਜੋ ਰੋਜ਼ੀ ਰੋਟੀ ਫਿਰ ਚੱਲਣੀ ਔਖੀ ਹੋ ਗਈ ਵੀਰ ਦਾ ਕਹਿਣ ਦਾ ਮਤਲਬ ਇਹ ਆ। ਹਾਂਜੀ ਹਾਂਜੀ, ਮਤਲਬ ਹੈਗਾ ਜੀ ਮਤਲਬ ਪਹਿਲੇ ਜੋ ਰੇਟ ਸਬਜ਼ੀਆਂ ਤੁਹਾਨੂੰ ਉੱਥੇ ਮਿਲਦੇ ਹੈਗੀਆਂ ਉਹ ਰੇਟ ਇੱਥੇ ਜਿਹੜੇ ਪੈ ਰਹੇ ਸਾਨੂੰ, ਨਾਲੇ ਇੱਥੇ ਮਤਲਬ ਕਿਰਾਏ ਤੁਹਾਨੂੰ ਪੈ ਰਿਹਾ, ਕਿਰਾਇਆ ਪੈ ਰਿਹਾ, ਮਤਲਬ ਫੜਦਾ ਰੈਂਟ ਪੈ ਰਿਹਾ, ਫੜਦਾ ਰੈਂਟ ਪੈ ਰਿਹਾ ਤੁਹਾਨੂੰ, ਫੜਦਾ ਰੈਂਟ ਪੈ ਰਿਹਾ ਹੈਗਾ, ਮਤਲਬ ਹੁਣ ਖਰਚੇ ਕੱਢਣੇ ਔਖੇ ਹੋ ਗਏ ਕਿਉਂਕਿ ਸਬਜ਼ੀ ਵਿਕਦੀ ਘੱਟ ਆ, ਗਾਹਕ ਘੱਟ ਹੈਗਾ, ਸਹੀ ਗੱਲ ਭਾਜੀ? ਹਾਂਜੀ ਹਾਂਜੀ। ਤੇ ਭਾਜੀ ਜੀ ਮਿਹਰਬਾਨੀ ਜੀ, ਥੈਂਕ ਯੂ। ਥੈਂਕ ਯੂ। ਸੋ ਆਪਾਂ ਤਕਰੀਬਨ ਜਿੰਨਾ ਕੁ ਹੋ ਸਕਦਾ ਸੀ ਵਿਊ ਲੈ ਲਏ ਆ, ਰਿਟੇਲਰ ਕੋਲ ਵੀ ਹੋਲਸੇਲਰ ਕੋਲ ਵੀ ਆ ਜਾਓ, ਮੰਡੀ ਤੋਂ ਬਾਹਰ ਚੱਲਦੇ ਹਾਂ ਅਤੇ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਦੇ ਹਾਂ।
ਤੇ ਮਤਲਬ ਲੋਕੀ ਟੋਟਲੀ ਇਸ ਬਿੱਲਾਂ ਦੇ ਅਗੇਂਸਟ ਅਤੇ ਕੋਰੋਨਾ ਮਹਾਮਾਰੀ ਦੇ ਵਿੱਚ ਧੱਕਾ ਹੀ ਚੱਲ ਰਿਹਾ ਕਿਉਂਕਿ ਲੋਕਾਂ ਦਾ ਨੁਕਸਾਨ ਬਹੁਤ ਹੋ ਰਿਹਾ, ਗਾਹਕ ਘੱਟ ਆ। ਅੱਗੇ ਇੱਕ ਗੱਲ ਸਮਝ ਆਈ ਆ ਕਿ ਆੜ੍ਹਤੀ ਐਸੋਸੀਏਸ਼ਨ ਦੇ ਜਿੰਨੇ ਵੀ ਬੰਦੇ ਟੱਕਰੇ ਜਾਂ ਜਿੱਥੇ ਹੋਲਸੇਲ ਦੇ ਵਪਾਰੀ ਨੇ ਅਤੇ ਕਿਸਾਨ ਵੀਰੇ ਜਿੰਨੇ ਟੱਕਰੇ ਅਤੇ ਰਿਟੇਲਰ ਜਿੰਨੇ ਟੱਕਰੇ, ਉਹਨਾਂ ਦਾ ਇੱਕ ਹੀ ਕਹਿਣਾ ਕਿ ਇਹ ਕਾਨੂੰਨ ਚੰਗੇ ਨਹੀਂ ਹਨ ਅਤੇ ਕੋਰੋਨਾ ਮਹਾਂਮਾਰੀ ਨੇ ਇਸ ਸਮੇਂ ਦੇ ਵਿੱਚ ਲੋਕਾਂ ਨੂੰ ਬਹੁਤ ਹੀ ਧੱਕਾ ਮਾਰਿਆ। ਕੰਮ ਕਾਰ ਨੂੰ ਬਹੁਤ ਜ਼ਿਆਦਾ ਫਰਕ ਪਿਆ ਕਿਉਂਕਿ ਮੌਲ ਰੈਸਟੋਰੈਂਟ ਬੰਦ ਹੋ ਗਏ, ਉਸ ਦੇ ਕਰਕੇ ਸਬਜ਼ੀ ਦੀ ਉਨੀ ਸੇਲ ਨਹੀਂ ਹੁੰਦੀ। ਸੋ ਤੁਹਾਨੂੰ ਇਹ ਵਲੋਗ ਕਿੱਦਾਂ ਲੱਗਾ ਕਮੈਂਟ ਬਾਕਸ ਜ਼ਰੂਰ ਦੱਸਣਾ, ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।